ਔਰ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਦੋਸਤੋ, ਹਰ ਇੱਕ ਖਿਡਾਰੀ ਆਪਣੇ ਆਪਣੇ ਕਬੂਤਰਾਂ ਨੂੰ ਵੱਖਰੀਆਂ ਵੱਖਰੀਆਂ ਖੁਰਾਕਾਂ ਪਾਉਂਦਾ। ਔਰ ਇੱਕ ਇਹ ਵੀਡੀਓ ਬਣਾਈ ਹੈ ਜੀ, ਜਿਹੜੇ ਵੀਰ ਮੇਰੇ ਕਬੂਤਰਾਂ ਨੂੰ ਛੋਲੇ ਪਾਉਂਦੇ ਆ, ਵੈਸੇ ਤਾਂ ਪੂਰੇ ਸਬੂਤੇ ਛੋਲੇ ਹੀ ਪਾ ਦਿੰਦੇ ਆ, ਔਰ ਥੋੜ੍ਹਾ ਜਿਹਾ ਜੇ ਹੋਰ ਵਧੀਆ ਆਸਾਨ ਤਰੀਕੇ ਦੇ ਨਾਲ ਉਹਨਾਂ ਨੂੰ ਕੱਟ ਕੇ ਪਾਇਆ ਜਾਵੇ ਤਾਂ ਕਬੂਤਰ ਹੋਰ ਵੀ ਵਧੀਆ ਤਰੀਕੇ ਦੇ ਨਾਲ ਖਾ ਲੈਂਦੇ ਆ। ਸੋ ਆਓ ਜੀ, ਹਲਵਾਈਆਂ ਵਾਲਾ ਇਹ ਤਰੀਕਾ ਥੋੜ੍ਹਾ ਜਿਹਾ। ਆਹ ਦੇਖੋ ਜੀ, ਪਹਿਲਾਂ ਸਭ ਤੋਂ ਪਹਿਲਾਂ ਇਹਦਾ ਛੋਲੇ ਪਏ ਆ, ਔਰ ਇਹਨੂੰ ਇੱਕ ਨਿੱਕੀ ਜੀ ਬਠਲੀ ਦੇ ਵਿੱਚ ਜਾਂ ਕਿਸੇ ਚੀਜ਼ 'ਚ ਪਾ ਲੈਣੇ ਆ। ਉਸ ਤੋਂ ਬਾਅਦ ਇੱਕ ਗਲਾਸ ਲੈ ਲੈਣਾ ਤੁਸੀਂ, ਉਸ ਗਲਾਸ ਦੇ ਨਾਲ ਇਸ ਨੂੰ ਹਲਵਾਈਆਂ ਵਾਂਗੂ ਨਾ ਇਸ ਤਰ੍ਹਾਂ ਇੱਦਾਂ ਇਹ ਸਾਰਿਆਂ ਨੂੰ ਛੋਲਿਆਂ ਨੂੰ ਇੱਦਾਂ ਕਰਦੇ ਰਹਿਣਾ। ਇਹ ਨਿੱਕੇ ਨਿੱਕੇ ਕਣਕ ਦੇ ਦਾਣਿਆਂ ਵਾਂਗੂ ਨਿੱਕਾ ਨਿੱਕਾ ਕੱਟੇ ਜਾਣਗੇ ਸਾਰੇ, ਅਤੇ ਫਿਰ ਇਹ ਜਦੋਂ ਕਬੂਤਰਾਂ ਨੂੰ ਪਾ ਦਈਏ ਤਾਂ ਕਬੂਤਰ ਬੜੇ ਖੁਸ਼ ਹੋ ਕੇ ਇਹ ਛੋਲਿਆਂ ਨੂੰ ਖਾਂਦੇ ਆ। ਤੋ ਔਰ ਦੋਸਤੋ, ਜੇ ਨੁਸਖਾ ਥੋੜ੍ਹਾ ਜਿਹਾ ਚੰਗਾ ਲੱਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਿਓ, ਸ਼ੇਅਰ ਕਰਿਓ।